ਸਾਡੇ ਨਾਲ ਗੱਲ ਕਰਨੀ ਹੈ ਤਾਂ ਉਪਲਬਧ ਹੈ। ਤੁਸੀਂ ਕਿਸੇ ਦੇ ਖਾਸ ਕਰਕੇ ਐਨਆਰਆਈ ਜ਼ਿਆਦਾ ਭੁਲੇਖੇ ਦਾ ਸ਼ਿਕਾਰ ਆਏ ਨੇ ਕਿਉਂਕਿ ਠੱਗ ਬਹੁਤ ਫਿਰਦੇ ਆ। ਆ ਜਾਓ, ਤੁਹਾਨੂੰ ਮੈਂ ਮਿਲਾ ਦੂੰਗਾ, ਮੈਨੂੰ ਇੰਨੇ ਦੇ ਦਿਓ। ਤਾਂ ਉਹ ਕਈ ਮੇਰੇ ਕੋਲ ਗੱਲਾਂ ਧਿਆਨ 'ਚ ਆਈਆਂ ਨੇ, ਤੁਸੀਂ ਘਬਰਾ ਨਾ ਹੋਵੋ। ਫੋਨ ਦੀ ਕੀ ਗੱਲ ਆ, ਤੁਸੀਂ ਯਾਦ ਕਰੋਗੇ ਮੈਂ ਤੁਹਾਡੇ ਕੋਲ ਚੱਲ ਕੇ ਆ ਜਾਈਏ। ਪਰ ਕਾਹਲੇ ਨਾ ਪਓ, ਆਪਣੀ ਲੁੱਟ ਨਾ ਕਰਵਾਓ। ਕਾਫ਼ੀ ਸ਼ਿਕਾਇਤਾਂ ਮੇਰੇ ਕੋਲ ਆ ਰਹੀਆਂ ਨੇ ਇਸ ਤਰ੍ਹਾਂ ਦੀਆਂ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋ ਰਿਹਾ। ਮੈਨੂੰ ਬੜਾ ਦੁੱਖ ਹੁੰਦਾ ਉਸ ਗੱਲ ਤੋਂ ਲੈ ਕੇ, ਕਿਉਂਕਿ ਸੰਗਤ ਵੱਡੀ ਗਿਣਤੀ 'ਚ ਹੋਣ ਕਰਕੇ ਔਖਾ ਹੋ ਜਾਂਦਾ। ਸਾਰਿਆਂ ਨੂੰ ਇੱਕਦਮ ਮਿਲਣਾ, ਪਰ ਆਪਾਂ ਮਿਲ ਲਵਾਂਗੇ ਸਾਰਿਆਂ ਨੂੰ। ਸਾਰੇ ਸੰਜਮ ਰੱਖੋ ਮੈਡਮ, ਜਲਦੀ ਆਪਾਂ 2 ਮਿੰਟ ਪਿਆਰ ਨਾਲ ਗੱਲ ਕਰਨੀ ਹੈ। ਬਾਕੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਣਾ ਹੋਣਾ ਹੈ, ਕਿਉਂਕਿ ਸਾਰੇ ਕਹਿੰਦੇ ਆ ਕੇ ਵੀ ਆਪਾਂ ਕੁਛ ਕਰਦੇ ਨਹੀਂ। ਪਰ ਮੇਰਾ ਆਪਣਾ ਮੰਨਣਾ ਸੀਗਾ ਵੀ ਸਾਰੀ ਗੱਲ ਸੜਕ ਤੇ ਬਹੁਤੀ ਵੀ ਹੱਲ ਹੋ ਜਾਵੇ। ਆਪਾਂ ਦਬਾਅ ਬਣਾਉਣ ਦੇ ਤਰੀਕੇ ਬਹੁਤ ਹੈ, ਤੇ ਵਿਧਾਨ ਸਭਾ ਦੇ ਵਿੱਚ ਜਾਣ ਦਾ ਆਪਣਾ ਇੱਕ ਤਰੀਕਾ ਸੀ, ਹੋਰ ਵੀ ਕਿਤੇ ਜਾਣਾ ਪਊਗਾ ਉਹ ਵੀ ਅਸੀਂ ਜਾਰੀ ਰੱਖਾਂਗੇ। ਪਰ ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ ਪਹਿਲਾਂ ਤੁਹਾਨੂੰ ਤਾਂ ਹੋਣਾ ਕਰਾਂ, ਪਹਿਲਾਂ ਮੈਂ ਆਪ ਦੇਖਾਂ। ਜਦੋਂ ਮੇਰੇ ਹੱਥ ਖੜੇ ਹੋ ਜਾਣਗੇ ਫਿਰ ਮੈਂ ਤੁਹਾਨੂੰ ਉਪਕਾਰ ਕਰੂੰਗਾ ਵੀ ਆ ਜਾਓ, ਹੁਣ ਮੇਰੇ ਬਸ ਦੀ ਗੱਲ ਨਹੀਂ। ਪਰ ਸਰਕਾਰ ਦੀ ਇਸ ਚੀਜ਼ ਦਾ ਆਪਾਂ ਨੂੰ ਹੋਰ ਤਾਂ ਕੁਛ ਬੈਨੀਫਿਟ ਭਾਵੇਂ ਨਾ ਮਿਲਿਆ ਹੋਵੇ, ਪਰ ਆਪਾਂ ਸਰਕਾਰ ਦੀ ਮਾਨਸਿਕਤਾ ਨੂੰ ਬਾਹਰ ਕੱਢਣ 'ਚ ਕਾਮਯਾਬ ਹੋਈ। ਵੀ ਗੌਰਮੈਂਟ ਕਿੰਨੀ ਕੁ ਗੰਭੀਰ ਆ ਆਪਣੇ ਮੁੱਦੇ ਨੂੰ ਲੈ ਕੇ, ਤਾਂ ਤੁਸੀਂ ਅਮਨ ਅਰੋੜਾ ਦੇ ਬਿਆਨ ਸੁਣ ਲਿਆ ਹੋਣਗੇ, ਜਿੱਦਾਂ ਉਹ ਕਹਿੰਦਾ ਕੋਈ ਰੌਕ ਸਾਇੰਸ ਨਹੀਂ ਹੈ ਵੀ ਸਾਨੂੰ ਪਤਾ ਲੱਗ ਜਾਵੇ। ਤੇ ਤੁਸੀਂ ਸਾਡੇ ਪਰਿਵਾਰ ਵੱਲੋਂ ਆਪਣੀ ਪ੍ਰਤੀਕਿਰਿਆ ਦਾ ਬੜਾ ਵਿਰੋਧ ਵੀ ਬੜੀਆ ਸਾਰਥਕ ਤਰੀਕੇ ਨਾਲ ਕੀਤਾ ਗਿਆ। 9-10 ਦਿਨ ਬਿਲਕੁਲ ਬਿਨਾਂ ਸਿਕਿਉਰਿਟੀ ਤੋਂ, ਇੱਕ ਵੀ ਗੱਲ ਲੈਣ ਤੋਂ ਬਿਨਾਂ ਸਿੱਧੂ ਬਿਲਕੁਲ ਸੇਫ ਰਿਹਾ, ਕੋਈ ਪੱਤਾ ਨਹੀਂ ਹਿੱਲਿਆ। ਪਰੰਤੂ ਜਿੱਦਾਂ ਸਰਕਾਰ ਦੀ ਕਿਰਪਾ ਹੋ ਰਹੀ, 28 ਨੂੰ ਅਮਲ ਕਰਦੇ ਹਾਂ, ਸਿਕਿਉਰਿਟੀ ਵਧਾ ਦਿੰਦੇ ਹਾਂ। ਔਰ ਇਹ ਗੱਲ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਵੀ ਨੇ ਆਪ ਹੀ ਕਹਿ ਦਿੱਤੀ ਵੀ ਜਦੋਂ ਸਾਨੂੰ ਪਤਾ ਲੱਗਿਆ ਸਿਕਿਉਰਿਟੀ ਵਾਪਸ ਹੋ ਗਈ, ਜਦੋਂ ਘਰ 'ਤੇ ਹਮਲਾ ਕਰਨ ਲਈ ਵੀ ਤਿਆਰ ਸੀ। ਉਹ ਕਹਿੰਦੇ ਉਹਦੇ ਮਾਪਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਸਿੱਧੂ ਗੰਨਮੈਨ ਕਿਉਂ ਨਾ ਲੈ ਕੇ ਗਿਆ। ਮੈਂ ਮੰਨਦਾ ਵੀ ਸਾਡੀ ਵੀ ਗਲਤੀ ਹੋਈ ਹੈ, ਪਰ ਕੀ ਗੰਨਮੈਨ ਇਕੱਲੇ ਨਾਲ ਹੀ ਜ਼ਰੂਰੀ ਹੈ? ਘਰ ਗੰਨਮੈਨ ਤੋਂ ਬਿਨਾਂ ਸੇਫ ਹੈ? ਉਹਨਾਂ ਦੀਆਂ ਪਲਾਨੀਆਂ ਕੀ ਸੀ? ਹੁਣ ਬੱਚੇ ਨੇ ਸਾਰੀ ਗੱਲ ਸਾਨੂੰ ਨਹੀਂ ਦੱਸੀ ਹੋਈ, ਫੋਨ ਦੇ ਕੋਲ ਆਇਆ ਜਾਂ ਕੀ ਹੋਇਆ ਸਾਨੂੰ ਇਸ ਗੱਲ ਦਾ ਪੂਰਾ ਪਤਾ ਸੀ ਵੀ ਅਸਲ ਮੌਕੇ ਦੇ ਕੀ ਹਾਲਾਤ ਹੋਏ, ਕਿਉਂ ਉਹਨੇ ਇਸ ਤਰ੍ਹਾਂ ਦਾ ਫੈਸਲਾ ਲਿਆ, ਜਾਂ ਉਹਨੂੰ ਲੱਗਦਾ ਹੋਊਗਾ ਵੀ ਮੈਂ ਜੇ ਨਾਲ ਲੈ ਕੇ ਫਿਰ ਘਰੇ ਗਏ ਤਾਂ ਚਲਾ ਗਿਆ। ਪਰਮਾਤਮਾ ਜਾਣਦਾ ਜੋ ਬੱਚਾ ਚਲਾ ਗਿਆ ਉਹਦੇ ਬੰਦ ਦੇ ਵਿੱਚ ਉਹ ਕੀ ਕੁਛ ਲੈ ਕੇ ਚਲਾ ਗਿਆ। ਮੈਂ ਉਹਦੇ ਦੇ ਬਿਆਨ ਦੇ ਉੱਤੇ ਕਾਫੀ ਇਤਰਾਜ਼ ਜਤਾਇਆ ਸੀ ਵੀ ਉਹ ਇਨਸਾਨ ਬੋਲਿਆ ਜਿਹਦਾ ਆਪਣਾ ਪਾਪ ਦੀ ਖੁਦਕੁਸ਼ੀ ਕਰਕੇ ਮਿਲਿਆ ਹੋਵੇ, ਉਹ ਇਹੋ ਜਿਹੀ ਮਾਨਸਿਕਤਾ ਦੇ ਵਿੱਚ ਪਾਇਆ ਹੋਵੇ, ਉਹਦੇ ਪਰਿਵਾਰ ਖਾਲੀ ਫਿਰ ਹੁੰਦਾ ਦੇਖਿਆ ਹੋਵੇ, ਉਹ ਵੀ ਇਸ ਤਰ੍ਹਾਂ ਬਿਆਨ ਦਿੰਦਾ। ਕਿਉਂਕਿ ਸੱਤਾ ਦਾ ਨਸ਼ਾ ਜਿਹਨੂੰ ਖਾਈ ਇਸ ਤਰ੍ਹਾਂ ਦਾ, ਜਦੋਂ ਬਾਬਾ ਉਹ ਸੱਤਾ ਦੇ ਕੁਰਸੀਆਂ ਤੇ ਬਹਿੰਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਜਦੋਂ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਹਾੜ ਡਿੱਗਦਾ ਰੁੱਖਣਾ ਕੋਈ ਮਾਪਦੰਡ ਨਹੀਂ ਰਹਿ ਜਾਂਦਾ, ਉਦੋਂ ਅਕਲਾਂ ਸਿਆਣਪਾਂ ਸਭ ਖੂਹ ਪੈ ਜਾਂਦੀਆਂ। ਅਸੀਂ ਗਲਤੀ ਕੀਤੀ, ਅਸੀਂ ਸਜ਼ਾ ਭੁਗਤੀ, ਪਰ ਜਿਹੜੀ ਤੁਸੀਂ ਕੀਤੀ ਤੁਸੀਂ ਕੀ ਭੁਗਤਿਆ? ਤੁਸੀਂ ਸਗੋਂ ਵਿਰੋਧ ਕਰਨ ਦੇ ਬਾਵਜੂਦ ਵੀ ਸਾਡੇ ਵਿਰੋਧ ਨੂੰ ਸਿਆਸੀ ਵਿਰੋਧ ਦੱਸ ਰਹੇ ਹੋ। ਸਿਆਸਤਾਂ ਕਦੇ 70 ਤੋਂ ਉੱਠੀਆਂ ਹੁੰਦੀਆਂ? ਸਿਆਸਤਾਂ ਕਰਨ ਲਈ ਵੈਸੇ ਸਾਰੀ ਉਮਰ ਪਈ ਹੈ, ਵੈਸੇ ਖੜ ਜਾਂਗੇ ਜਾ ਕੇ ਇਲੈਕਸ਼ਨ 'ਚ, ਆਓ ਭਾਈ ਵੋਟਾਂ। ਮੈਂ ਵੀ ਵੀਰਵਾਰ ਅਰੁਣਾ ਸਾਹਿਬ 70 ਤੋਂ ਸਿਆਸਤਾਂ ਨਹੀਂ ਹੋਈਆਂ, ਠੀਕ ਹੈ ਤੁਹਾਡਾ ਹਿਸਾਬ 'ਚ ਆ ਗਈ ਗੱਲ, 4 ਸਾਲ ਲਾਉਣ ਜਾ ਰਹੇ ਤੁਸੀਂ, ਪਰ ਘੱਟੋ ਘੱਟ ਪਿਆ ਜਦੋਂ ਕੋਈ ਇਹੋ ਜਿਹੇ ਮੁਸੀਬਤ ਵਾਲਾ ਪਰਿਵਾਰ ਦੇ ਉੱਤੇ ਬਿਆਨ ਦਿੰਦੇ ਥੋੜ੍ਹਾ ਸੋਚਾ ਵੀ ਕਿਉਂ ਹੋਇਆ। ਇਹ ਗੱਲਾਂ ਦੇਣ ਹੋਣਗੀਆਂ ਤੁਹਾਨੂੰ, ਸੱਤਾ ਸਦਾ ਵੀ ਰਹਿਣੀ ਹੈ, ਇੱਕ ਸਾਲ ਤਾਂ ਲੰਘ ਵੀ ਗਿਆ। ਆ ਗਿਆ ਚੌਂਦੀ ਤੁਹਾਨੂੰ ਹੁਣ ਲੋਕ ਦੇ ਤਾਂ ਪਤਾ ਲੱਗ ਜਾਂਦਾ ਕਿੰਨੇ ਗਏ ਬਾਲ ਕੇ ਵੀ ਗਏ। ਉੱਥੇ ਬੈਠ ਕੇ ਅਸੀਂ ਜੋ ਚੀਜ਼ ਦੇਖੀ, ਮੇਰੇ ਜਾਣ ਦਾ ਮਕਸਦ ਇੰਨਾ ਸੀ ਵੀ ਘੱਟੋ ਘੱਟ ਮੇਰੇ ਚੁਣੇ ਹੋਏ ਵਿਧਾਇਕ ਨੇ 117
वो मेरे दुख के शामिल हो गए, मैनू मिल नहीं गए। कोई मिनट आए, कोई दो मिनट आए, मेरे पूरे दो मिनट गोला लगा के जाएंगे, भाई दस तेरा मसला हल कर दे। परंतु मैंने अफसोस का कहना पैदा है, जो सिंगर ने एक दो उन्होंने किसी बंद ने यह भी कहा भी यार सिंह के बापे बैठे हो गल करना मैं उन्होंने उन्होंने साजे का नजर वालों में भी चंकी नहीं समझी इतने बैठे हुए मुश्किल अपनी हल करूंगा ऊपर बच्चे के नाल ने। और मैं एक गल बड़ी दावे ना कहना, मेरा बच्चा फकर सब आ रहा सी, कीड़े पैन गए सब के जिन्होंने उन्हें धोखा किया है, धोखे नाल मारिया अंजाम साहब आऊगा थोड़ी देर सवेर को घर च हो जाती है कई बार, पर मेहर नहीं है। तो सानू इन्हां नालों ज़्यादा जिहड़ा हैगी उम्मीद उह परमात्मा ते है, सच्चे पातशाह ते है, उह जरूर साडे जस सदन दुआ साहब।